नवा शहर नूं कोरोना तों मुक्त होया अजे 2 ही दिन होए सन कि अज बलाचौर हलके च कोरोना वायरस ने दस्तक दे दित्ती है। मिली जानकारी मुताबक बलाचौर दे पिंड बूथगढ़ दे 32 साल नौजवान की रिपोर्ट पॉजिटिव आई है। दस्या जा रहा है कि जिस नौजवान की रिपोर्ट पॉजिटिव आई है वह एक ट्रक ड्राइवर है और कुछ दिन पहला ही जम्मू कश्मीर तो आया सी, जिस तों बाद सेहत विभाग वालों उक्त दे सैंपल लैके उसनू क्वारंटाइन कर दिता सी, जिसकी रिपोर्ट अज पॉजिटिव आई है। प्रशासन वालों बूथगढ़ के नेड़े लगते 4 पिंडों भी सील कर दिता गया। हेलो, हाँ जी, हाँ जी, अच्छा जी, अच्छा, अंदर जाओ, इतना तुसी सारे काम करो, अंदर तो कॉन्टैक्ट डिटेल पता चलती है, आके इतो किन्नू किन्नू मिले, किथे किथे गए, किथो समान लैन गए, किथो राशन लैन गए, केड़े बंदियां नू मिले, केड़े डिटेल सानू चाहिए, ये आज ही चाहिए थी। ते अज ते चाहंदे सी कि पेशेंट भेजन तो पहला हो पेपर ते पेन लेरो मिल दी, चलो चलो अंदर अंदर जाओ, यार सुमन 22 तरीक नू टेस्ट होया था, जद मैं लेके गया 23 नू होया सर, 22 नू 10 बजे आया। ਬੂਥਗੜ੍ਹ ਤੁਹਾਡਾ ਪਿੰਡ ਹੈਗਾ, ਜਿਹੜਾ ਬੰਦੇ ਨੂੰ ਪੋਜ਼ਿਟਿਵ ਪਾਇਆ ਗਿਆ ਹੈਗਾ, ਜਿਹੜਾ ਦੱਸਿਆ ਜਾ ਰਿਹਾ ਹੈਗਾ, ਹਾਂਜੀ, ਕੀ ਨਾਮ ਹੈ ਜੀ ਇਹਦਾ? ਜਤਿੰਦਰ ਕੁਮਾਰ, ਸਨ ਆਫ? ਸਨ ਆਫ ਤਿਲਕਰਾਜ ਜੀ। ਇਹ ਕੀ ਕੰਮ ਕਰਦਾ ਜੀ ਬੰਦਾ? ਇਹ ਆਪਣੀ ਗੱਡੀ ਹੈ ਜੀ, ਆਪਣਾ ਗੇੜਾ ਲੈ ਕੇ ਗਿਆ ਸੀਗਾ ਜੀ। ਕਦੋਂ ਆਇਆ ਵਾਪਸ ਇਹ ਪਿੰਡ? ਇਹ ਹੋ ਗਿਆ ਜੀ 2-3 ਦਿਨ ਹੋ ਗਏ। ਇਹ ਤਾਂ ਪਿੰਡ ਚ ਆ ਕੇ ਇਹਨੇ ਦੱਸਿਆ ਨਹੀਂ ਸੀਗਾ ਕਿ ਅਸੀਂ ਬਾਹਰੋਂ ਆਇਆ। ਮੈਂ ਨਹੀਂ, ਇਹਨੇ ਸਾਨੂੰ ਫੋਨ ਕੀਤਾ ਸੀਗਾ ਬਕਾਇਦਾ ਜੀ ਕਿ ਮੈਂ ਆ ਰਿਹਾ ਜੀ, ਤੇ ਫਿਰ ਅਸੀਂ ਇਹਦਾ ਚੈੱਕਅਪ ਨਹੀਂ ਹੋਇਆ? ਨਹੀਂ ਨਹੀਂ, ਫਿਰ ਅਸੀਂ ਫੋਨ ਕੀਤਾ, ਫਿਰ ਅਸੀਂ ਆਪਣੇ ਜਿਹੜੇ ਪੁਲਿਸ ਪਾਰਟੀ ਵਾਲੇ ਉਹਨਾਂ ਨੂੰ ਵੀ ਦੱਸਿਆ, ਇਹ ਫਿਰ ਸਾਡੇ ਕੋਲ 10 ਵਜੇ ਪਹੁੰਚੇ, ਫਿਰ ਅਸੀਂ ਇਹਨਾਂ ਦਾ ਪਾਣੀ ਗਰਮ ਕਰਕੇ, ਇਹ ਅੱਜ ਆਇਆ ਸੀ ਬੰਦਾ ਕਿ ਉਸੇ ਦਿਨ? ਅੱਛਾ, ਉਹ 10 ਵਜੇ ਪਹੁੰਚੇ, ਫਿਰ ਉਸ ਤੋਂ ਬਾਅਦ ਕੇਕ ਕੇ ਬਾਹਰ ਵੀ ਘੁੰਮੀ ਗਿਆ ਬੰਦਾ? ਇਹ ਹੁਣ ਭਰੀਆਂ ਭੁਰੀਆਂ ਨੂੰ ਦੇਣ ਗਿਆ ਸੀ, ਬਿਲ ਦੁਆ ਕਰਦਾ ਰਿਹਾ, ਭਰੀਆਂ ਨੂੰ ਬਾਹਰ ਲੈਣ ਗਿਆ, ਕਣਕ ਵਢਾਵੇ। ਇਹ ਪਿੰਡ ਤੋਂ ਬਾਹਰ ਗਿਆ ਜੀ? ਕੋਈ ਇਸਨੇ ਬਾਹਰ ਨਹੀਂ, ਬਾਹਰ ਨਹੀਂ, ਪਿੰਡ ਦੇ ਗੇ ਇੱਥੇ ਰਿਹਾ ਜੀ। ਅੱਛਾ, ਹਾਂਜੀ, ਤੇ ਪਿੰਡ ਦੇ ਵਿੱਚ ਇਹ ਲੋਕਾਂ ਦਾ ਕੰਸਲਟ ਵੀ ਰਿਹਾ ਹੋਣਾ ਫਿਰ ਕਈਆਂ ਨਾਲ? ਇਦਾਂ ਤਾਂ ਹੋਣਾ ਜੀ, ਇਹਦੇ ਪਿੰਡ ਘਰ ਦੇ ਕਿੰਨੇ ਮੈਂਬਰ ਹੈ ਜੀ? 3 ਵਾਂ ਜੀ, ਇਹ ਚੌਥਾ ਇਹਨਾਂ ਦਾ ਚਾਚਾ ਜੀ। ਅੱਛਾ ਜੀ, ਹਾਂਜੀ, ਚਾਚਾ ਉਹ ਵੀ ਵਿੱਚੀ ਪਰਿਵਾਰ ਦੇ ਰਹਿੰਦੇ? ਹਾਂਜੀ, ਉਹ ਆਉਂਦਾ ਤਾਂ ਉਸੇ ਘਰ ਚ ਆਪਾਂ ਰਹਿੰਦਾ, ਜਾਣੀ ਤੇ ਫਿਰ ਸੌਣ ਪੈਣ ਦਾ ਵੱਖਰਾ ਹੋਣਾ ਜੀ ਉਹਦਾ। ਤੁਸੀਂ ਪਿੰਡ ਚ ਨਾਕੇ ਲਾਏ ਹੋਏ ਸੀਗੇ ਜੀ ਸਾਰੇ? ਸਰ ਅਸੀਂ ਨਾਕੇ ਸਾਡੇ ਦੋਹਾਂ ਪਾਸੇ ਹੁੰਦੇ ਸੀਗੇ ਜੀ, ਅੱਜ ਕਢਾਈ ਕਰਕੇ ਬੰਦੇ ਵਿਚਾਰੇ ਕੱਢਣ ਚਲ ਗਏ, ਅੱਜ ਫਿਰ ਸਾਡੇ ਇੱਕ ਨਾਕਾ। ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਇਹ ਕੰਮ? ਅੱਜ ਤਾਂ ਪੋਜ਼ਿਟਿਵ ਆਇਆ ਹੈਗਾ ਇਹ, ਤਕਰੀਬਨ ਮੈਨੂੰ ਹੋ ਗਿਆ ਜੀ ਘੰਟਾ ਕੁ ਹੋ ਗਿਆ ਜੀ। ਕਿੰਨੇ ਦੱਸਿਆ ਤੁਹਾਨੂੰ? 2 ਵਜੇ ਮੈਨੂੰ ਮੁਲਾਜ਼ਮ ਦਾ ਫੋਨ ਆਇਆ ਸੀ, ਹੁਣ ਇਦਾਂ ਮੈਂ ਵੀ ਨਹੀਂ ਜਾਣਦਾ ਜੀ। ਅੱਛਾ ਜੀ, ਫਿਰ ਤੁਸੀਂ ਹੁਣ ਮਨਾਲੀ ਪੁਲਿਸ ਵਾਲਿਓ ਸਾਰੇ ਆ ਗਏ? ਨਹੀਂ ਨਹੀਂ, ਉਹ ਜਦੇ ਕਹਿੰਦੇ ਪਹੁੰਚਣ ਲੱਗੇ ਜੀ। ਠੀਕ ਹੈ ਜੀ, ਇਹ ਕਿੰਨੀ ਉਮਰ ਹੋਣੀ ਜੀ ਬੰਦੇ ਦੀ? ਉਮਰ ਮੇਰੇ ਹਿਸਾਬ ਨਾਲ ਤਾਂ ਜੀ, ਇਹ ਇਕੱਲਾ ਗਿਆ ਸੀਗਾ ਉੱਥੇ ਕਿ ਨਾਲ ਕੋਈ ਸੀਗਾ? ਨਾਲ ਸੀ ਇੱਕ ਇਹਦੇ ਮੁੰਡਾ ਸੀ ਦੂਆ ਵਾਲਾ, ਰਵੀ ਕੁਮਾਰ ਜੀ। ਰਵੀ ਕੁਮਾਰ, ਉਹਨੂੰ ਵੀ ਹੁਣ ਨਾਲ ਲੈ ਗਏ ਕਿ ਨਹੀਂ? ਉਹਨੂੰ ਵੀ ਹੁਣ ਇੱਥੇ ਲੈ ਕੇ ਚੱਲੇ ਗਏ। ਇੱਕ ਸੀ ਮੁੰਡਾ ਨਰੇਸ਼ ਕੁਮਾਰ। ਅੱਛਾ ਜੀ, ਤੇ ਉਹ ਵੀ ਇਹ ਸ਼ਹਿਰ ਸ਼ੁਰ ਗਿਆ ਸੀਗਾ ਜੀ, ਕੋਈ ਪਤਾ ਇਸ ਗੱਲ ਦਾ? ਨਹੀਂ ਜੀ ਪਤਾ ਸਰ, ਐਵੇਂ ਤੁਹਾਨੂੰ ਨਹੀਂ ਸੀ, ਅਸੀਂ ਤਾਂ ਜਾਣੀ ਤੇ ਜਿੱਦਾਂ ਸਾਨੂੰ ਨਹੀਂ ਕਿਹਾ ਸੀ, ਡਾਕਟਰਾਂ ਨੇ ਸਭ ਨੇ ਕਿਹਾ ਸੀ। 3-4 ਦਿਨ ਹੋ ਗਏ ਆਇਆ ਵੇ? ਹਾਂ,